ਜਿਵੇਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿੱਚ ਪੰਚਾਇਤੀ ਜ਼ਮੀਨਾਂ ਦੇ ਵਿੱਚ ਇੱਕ ਐਸਸੀ ਐਸਟੀ ਭਾਈਚਾਰੇ ਵਾਸਤੇ ਜ਼ਮੀਨਾਂ ਦਾ ਰਾਖਵਾਂਕਰਨ ਹੁੰਦਾ ਹੈ, ਉਹਦੇ ਵਿੱਚ ਹੁੰਦਾ ਕੀ ਹੈ ਕਿ ਜੇ ਉੱਥੇ ਜੇ ਨੰਬਰਦਾਰ ਜਥੇਦਾਰ ਜਿਹੜੇ ਐਮ ਐਲ ਏ ਸਾਹਿਬਾਂ ਜਾਂ ਸਰਪੰਚ ਸਰਪੰਚ ਨੇ ਉਹ ਕੀ ਕਰਦੇ ਹੈ ਆਪਣੀਆਂ ਤਾਕਤਾਂ ਨੂੰ ਆਪਣੀ ਰਾਜਨੀਤੀ ਉੱਥੇ ਚਲਾ ਕੇ ਉਹਨਾਂ ਲੋਕਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਦਾ ਜਿਹੜਾ ਉਹਦਾ ਰਾਖਵਾਂਕਰਨ ਕੀਤਾ ਹੁੰਦਾ ਹੈ। ਉਹਨਾਂ ਗਰੀਬ ਲੋਕਾਂ ਨੂੰ ਵਿਚਾਰਿਆਂ ਨੂੰ ਕੁਛ ਥੋੜ੍ਹੇ ਜਿਹੇ ਪੈਸਿਆਂ ਦੀ ਲਾਲਚ ਦੇ ਕੇ ਉਹ ਜ਼ਮੀਨਾਂ ਆਪਦੇ ਉਹਨਾਂ ਨੂੰ ਪੈਸੇ 1000 ਜਾਂ 1500 ਰੁਪਏ ਦੇ ਕੇ ਉਹ ਜ਼ਮੀਨਾਂ ਆਪ ਪਾਉਂਦੇ ਹੈ ਜਾਂ ਬੋਲੀਆਂ ਕੈਂਸਲ ਕਰਵਾ ਕੇ ਉਹਨਾਂ ਨੂੰ ਜ਼ਮੀਨ ਉੱਤੇ ਕੰਮ ਨਹੀਂ ਕਰ ਦਿੱਤਾ ਜਾਂਦਾ। ਇਸ ਕਰਕੇ ਵੀ ਕਰ ਦਿੱਤਾ ਜੇ ਉਹ ਲੋਕ ਕੰਮ ਕਰਨਾ ਸਿੱਖ ਜਾਣ ਜਾਂ ਆਪਣੀ ਕੋਈ ਇਨਕਮ ਉਹਨਾਂ ਜ਼ਰੀਆ ਬਣ ਜਾਵੇ ਵੀ ਸਾਡੇ ਖਿਲਾਫ਼ ਉਹ ਕਿਸੇ ਵੀ ਤਰੀਕੇ ਦੀ ਕੋਈ ਆਵਾਜ਼ ਨਾ ਦੇ। ਇਸ ਤਰ੍ਹਾਂ ਮੇਰੀ ਬੇਨਤੀ ਹੈ ਅਤੇ ਇੱਕ ਹੋਰ ਪੰਜਾਬ ਸਰਕਾਰ ਨੇ ਪਿਛਲਾ ਮੈਨੀਫੈਸਟੋ ਜਦੋਂ ਆਇਆ ਸੀਗਾ ਪੰਜਾਬ ਸਰਕਾਰ ਦਾ ਜਦੋਂ ਅਕਾਲੀ ਸਰਕਾਰ ਬਣੀ ਉਹਨਾਂ ਨੇ ਮੈਨੀਫੈਸਟੋ ਕਿਹਾ ਸੀਗਾ ਵੀ ਐਸਸੀ ਐਸਟੀ ਭਾਈਚਾਰੇ ਵਿੱਚ ਅਸੀਂ 10-10 ਮਰਲਿਆਂ ਦਾ ਪਲਾਟ ਉਹਨਾਂ ਪਿੰਡਾਂ ਜਿਹੜੇ ਗਰੀਬ ਤਬਕੇ ਲੋਕ ਨੇ ਉਹਨਾਂ ਬਣਾ ਕੇ ਦੇਵਾਂਗੇ ਉਹਦੇ ਉੱਪਰ ਵੀ ਉਹਨਾਂ ਨੇ ਕੋਈ ਕਾਰਵਾਈ ਨਹੀਂ। ਜਿਹੜੀ ਗੱਲ ਭਾਈ ਸਾਹਿਬ ਨੇ ਕੀਤੀ ਆ ਉਹੀ ਗੱਲ ਹੈ ਜਿਹੜੀ ਮੈਂ 1961 ਦੇ ਕਾਨੂੰਨ ਦੀ ਗੱਲ ਕਰ ਰਿਹਾ ਸੀ ਕਿ ਕੁਝ ਲੋਕਾਂ ਦੀ ਮਦਦ ਦੇ ਨਾਲ ਜਿਹੜੇ ਦੁੱਕੋਲੇ ਲੋਕ ਆ ਉਹ ਭਾਈਚਾਰੇ ਦੀਆਂ ਜ਼ਮੀਨਾਂ ਵਾਹੁੰਦੇ ਆ। ਇਹਦੇ ਬਾਰੇ ਅਸੀਂ ਤੁਹਾਡੇ ਤੋਂ ਵੀ ਸੁਝਾਅ ਲੈਣਾ ਚਾਹਾਂਗੇ ਕਿ ਐਗਜੈਕਟਲੀ ਕੀ ਕੀਤਾ ਜਾ ਸਕਦਾ। ਮੈਂ ਐਸਸੀ ਐਸਟੀ ਵਰਗ ਦੇ ਜਿਹੜੇ ਪ੍ਰਧਾਨ ਆ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਦੇਵ ਮਾਨ ਉਹਨਾਂ ਨਾਲ ਵੀ ਇਹ ਵਿਚਾਰ ਵਟਾਂਦਰਾ ਕਰ ਰਿਹਾ ਸੀ। ਅਸੀਂ ਸੋਚ ਰਹੇ ਸੀ ਕਿ ਜਾਂ ਤਾਂ ਹਰ ਪਿੰਡ 'ਚ ਜਿੱਥੇ ਇਹੋ ਜਿਹੀ ਜ਼ਮੀਨ ਜਿਹੜੀ ਆ ਉਹਦੀ ਆਪਸ਼ਨ ਹੋਣੀ ਆ ਉੱਥੇ ਕੋਈ ਕਮੇਟੀ ਦਾ ਗਠਨ ਕਰਤਾ ਜਾਵੇ ਜਾਂ ਫਿਰ ਇਹ ਕਾਨੂੰਨ 'ਚ ਸੋਧ ਕਰਕੇ ਇਹ ਲਾਜ਼ਮੀ ਕਰਤਾ ਜਾਵੇ ਵੀ ਘੱਟੋ ਘੱਟ ਜੋ ਵੀ ਫੈਸਲਾ ਹੁੰਦਾ ਉਹਦੇ ਨਾਲ 60% ਦਲਿਤ ਭਾਈਚਾਰੇ ਦੇ ਪਿੰਡ ਦੇ ਲੋਕ ਸਹਿਮਤ ਹੋਣ ਵੀ ਤਦ ਹੀ ਉਹ ਫੈਸਲਾ ਲਾਗੂ ਹੋ ਸਕੂਗਾ। ਸੋ ਇਸ ਤਰ੍ਹਾਂ ਦੀਆਂ ਆਪਾਂ ਕਾਨੂੰਨ 'ਚ ਜੇ ਲੋੜ ਪਈ ਤਾਂ ਸੋਧ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਮੇਰਾ ਆਪਣਾ ਮੰਨਣਾ ਵਾ ਵੀ ਜੇ ਸਹੀ ਸਰਕਾਰ ਦੀ ਕਾਰਗੁਜ਼ਾਰੀ ਹੋਊਗੀ ਜੇ ਸਰਕਾਰ ਲੋਕਾਂ ਪ੍ਰਤੀ ਵਚਨਬੱਧ ਹੋਊਗੀ ਤਾਂ ਮੇਰਾ ਖਿਆਲ ਕੋਈ ਬਹੁਤਾ ਮਸਲਾ ਬਣਨਾ ਨਹੀਂ, ਆਪਣੇ ਆਪ ਹੀ ਮਸਲੇ ਜਿਹੜੇ ਆ ਇਹ ਹੱਲ ਹੋ ਜਾਣਗੇ। ਪਰ ਫਿਰ ਵੀ ਸੁਝਾਅ ਤੁਹਾਡੇ ਅਸੀਂ ਲੈ ਲਏ ਆ ਔਰ ਇਹਨਾਂ 'ਤੇ ਗੌਰ ਜ਼ਰੂਰ ਕਰਾਂਗੇ।